ਅੱਜ ਸ਼ਹਿਰ ਧਾਰੀਵਾਲ ਵਿੱਚ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਜਤਿੰਦਰਪਾਲ ਸਿੰਘ ਚੇਅਰਮੈਨ ਦੇ ਪ੍ਰਬੰਧਕਾਂ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਜਤਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਲਵਲੀ ਨਾਗੀ ਜ਼ਿਲ੍ਹਾ ਯੂਥ ਪ੍ਰਧਾਨ, ਜਸਪਾਲ ਸਿੰਘ ਨਾਗੀ, ਜਗਦੀਪ ਸਿੰਘ ਵਾਈਸ ਪ੍ਰਧਾਨ, ਗੁਰਬਚਨ ਸਿੰਘ ਜਨਰਲ ਸੈਕਟਰੀ, ਇਸ ਤੋਂ ਇਲਾਵਾ ਰੋਸ਼ਨ ਕੋਹਲੀ ਅਤੇ ਹੋਰ ਮੋਤਵਾਰ ਲੋਕ ਹਾਜ਼ਰ ਹੋਏ। ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਿਆ ਕਰੇਗੀ, ਜਿਵੇਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਮੈਡੀਕਲ ਸਹਾਇਤਾ ਦੇਣੀ, ਵਿਆਹ ਲਈ ਲੋੜ ਪੂਰੀ ਕਰਨੀ। ਉਹਨਾਂ ਆਖਿਆ ਕਿ ਜੇਕਰ ਕੋਈ ਵਿਅਕਤੀ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਦਾ ਮੈਂਬਰ ਬਣਨ ਦਾ ਚਾਹਵਾਨ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਜੀਨੀਅਰ ਜਤਿੰਦਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ, ਹਿਊਮਨਸ ਰਾਈਟ ਸੁਰੱਖਿਆ ਸੁਸਾਇਟੀ ਇੰਡੀਆ। ਅਸੀਂ ਅੱਜ ਇਹ ਸੰਸਥਾ ਦੀ ਪਲੇਠੀ ਮੀਟਿੰਗ ਕੀਤੀ ਆ ਅਤੇ ਇਸ ਜ਼ਿਲ੍ਹੇ ਦੀ ਟੀਮ ਦਾ ਗਠਨ ਕੀਤਾ ਹੈ ਅਤੇ ਇਸ ਜ਼ਿਲ੍ਹੇ ਦੀ ਟੀਮ ਨੂੰ ਅਸੀਂ ਮਤਲਬ ਵਿਸਥਾਰ ਕਰਨ ਲਈ ਅੱਜ ਬੜੇ ਹੀ ਸੁਲਝੇ ਹੋਏ, ਜਿਹੜੇ ਸਮਾਜ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਵਧੀਆ ਕੰਮ ਕਰਨ ਵਾਲੇ ਸਾਡੇ ਜੇ ਸਾਥੀ ਨੇ, ਸਾਰੇ ਇੱਥੇ ਆਏ ਆ। ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਅੱਜ ਅਸੀਂ ਮੀਟਿੰਗ ਦੇ ਵਿੱਚ ਬਹੁਤ ਵੱਡੇ ਵੱਡੇ ਏਜੰਡੇ 'ਤੇ ਗੱਲਬਾਤ ਕੀਤੀ ਆ। ਸਾਡਾ ਗੱਲਬਾਤ ਹੋਈ ਕਿ ਅਸੀਂ ਜਿਹੜੀ ਸ਼ਿਕਸ਼ਾ ਇੱਥੇ ਵੱਧ ਤੋਂ ਵੱਧ ਜ਼ੋਰ ਦੇਣਾ ਵਾ ਕਿ ਜਿਹੜੀ ਗਰੀਬ ਲੜਕੀਆਂ ਨੇ ਸਰਕਾਰੀ ਸਕੂਲ ਜਾਂ ਦੂਜੇ ਸਕੂਲਾਂ ਦੇ ਵਿੱਚ ਫੀਸ ਨਹੀਂ ਦੇ ਪਾਉਂਦੇ ਵਿਚਾਰੇ ਬੱਚੇ, ਅਤੇ ਪੈਸਿਆਂ ਕੋਲੋਂ ਪੜ੍ਹਾਈ ਛੱਡ ਦਿੰਦੇ ਨੇ। ਅਸੀਂ ਉਹ ਅੱਜ ਪ੍ਰਣ ਕੀਤਾ ਵਾ ਕਿ ਅਸੀਂ ਉਹਨਾਂ ਦਾ ਮਦਦ ਕਰਨੀ ਆ, ਉਹਨਾਂ ਦਾ ਖਰਚਾ ਚੁੱਕਣਾ, ਜਾਂ ਗਰੀਬ ਘਰਾਂ ਦੀਆਂ ਲੜਕੀਆਂ ਸ਼ਾਦੀ 'ਚ, ਉਹਨਾਂ ਦੀ ਸ਼ਾਦੀ, ਜੋ ਵੀ ਸਾਡੇ ਕੋਲ ਤਿਲ ਫੁੱਲ ਜਾਂ ਯੋਗਦਾਨ ਹੋਏਗਾ ਅਸੀਂ ਦੇਵਾਂਗੇ। ਇਹੋ ਜਿਹੇ ਕਈ ਉਪਰਾਲੇ ਆ ਜਿਹੜੇ ਸਮਾਜ ਦੇ ਵਿੱਚ ਅਸੀਂ ਕਰ ਸਕਦੇ ਹਾਂ, ਅਤੇ ਅੱਜ ਅਸੀਂ ਗੱਲਬਾਤ ਕੀਤੀ ਹੈ ਇਸ ਸੰਸਥਾ ਦੀ ਮੀਟਿੰਗ ਦੀ ਕਿ ਅਸੀਂ ਵੱਧ ਚੜ੍ਹ ਕੇ, ਮੈਨੂੰ ਬਹੁਤ ਖੁਸ਼ੀ ਆ ਕਿ ਮੇਰੇ ਸਾਰੇ ਭਰਾਵਾਂ ਨੇ ਮੈਨੂੰ ਬੜਾ ਵੱਡਾ ਹੁੰਗਾਰਾ ਦਿੱਤਾ ਵਾ ਕਿ ਅਸੀਂ ਸਾਰੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਅਤੇ ਅਸੀਂ ਇਹ ਸੰਸਥਾ ਦਾ ਨਾਂ ਰੋਸ਼ਨ ਕਰਾਂਗੇ ਅਤੇ ਇਹ ਸੰਸਥਾ ਵੱਲੋਂ ਜਿੰਨੇ ਵੀ ਸਮਾਜ ਦੀ ਸੇਵਾ ਦੇ ਕੰਮ ਆ ਉਹ ਅਸੀਂ ਕਰਾਂਗੇ। ਅਗਲੀ ਮੀਟਿੰਗ ਦੇ ਵਿੱਚ ਇਹਨਾਂ ਦੀ ਨਿਯੁਕਤੀਆਂ ਰਿਕਾਰਡ ਦਿੱਤੇ ਜਾਣਗੇ ਔਰ ਹੋਰ ਸਾਲ ਦੇ ਵਿੱਚ ਜਿਹੜੇ ਪ੍ਰੋਗਰਾਮ ਅਸੀਂ ਲਿਖਣੇ ਆ, ਕੀ ਪ੍ਰੋਗਰਾਮ ਕਰਨੇ ਆ ਉਹਦੇ ਬਾਰੇ ਜਾਣਕਾਰੀ ਕਰਾਂਗੇ, ਜਾਣਕਾਰੀ ਨੇ ਗੱਲਬਾਤ ਕਰਕੇ ਉਹ ਪ੍ਰੋਗਰਾਮ ਲਿਖਾਂਗੇ ਕਿ ਕਿਹੜੇ ਕਿਹੜੇ ਮਹੀਨੇ ਕਿਹੜੇ ਕਿਹੜੇ ਪ੍ਰੋਗਰਾਮ ਕਰਨੇ ਆ। ਅਤੇ ਅਸੀਂ ਅੱਜ ਗੱਲਬਾਤ ਕੀਤੀ ਹੈ ਕਿ ਅਸੀਂ ਰੋਜ਼ ਕੁਝ ਨਾ ਕੁਝ ਇੱਕ ਦੋ ਘੰਟੇ ਸਮਾਜ ਦੀ ਦੇਣੇ ਆ। ਐਤਵਾਰ ਦਾ ਦਿਨ ਛੁੱਟੀ ਦਾ ਹੁੰਦਾ, ਦੁਕਾਨਦਾਰ ਜਾਂ ਜੋ ਵੀ ਆ ਸਾਰੇ ਆਪਣਾ ਆਪਣਾ ਉਹ ਸਮਾਂ ਦੇਣਗੇ ਅਤੇ ਬੜੀ ਖੁਸ਼ੀ ਦਾ ਅੱਜ ਦਿਨ ਵਾ। ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਵਾਂ ਜਿਨ੍ਹਾਂ ਨੇ ਇਹ ਸਹਿਮਤੀ ਜਿਤਾਈ ਆ ਕਿ ਇਹ ਜ਼ਿਲ੍ਹੇ ਦੀ ਜਿਹੜੀ ਟੀਮ ਆ ਇਹਦਾ ਅੱਜ ਗਠਨ ਕੀਤਾ ਗਿਆ ਹੈ। ਇਹ ਜਿਹੜੀ ਆ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਭਾਰਤ ਵੱਲੋਂ, ਅਤੇ ਬੜੀ ਖੁਸ਼ੀ ਦਾ ਦੇਣਾ ਕਿ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਵਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਏ ਕੌਮ ਟੀਵੀ ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।